ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਇੱਕ ਵਫਦ ਨੇ ਕੰਵਰ ਚਰਤ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਡੀਸੀ ਸਾਹਿਬ ਨੂੰ ਮੈਮੋਰੈਂਡਮ ਦਿੱਤਾ ਹੈ। ਗੱਲਬਾਤ ਵੀ ਕਰਾਂਗੇ ਵੀ ਆਫਟਰ ਆਲ ਮੰਗ ਪੱਤਰ ਵਿੱਚ ਮੰਗ ਕੀ ਕੀਤੀ ਗਈ ਹੈ ਜੀ? ਕੰਵਰ ਜੀ ਕੀ ਮੰਗ ਕੀਤੀ ਗਈ ਮੰਗ ਪੱਤਰ ਜਿਹੜਾ ਤੁਸੀਂ ਡੀਸੀ ਸਾਹਿਬ ਨੂੰ ਦਿੱਤਾ? ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਜਿਵੇਂ ਕਿ ਆਪਾਂ ਨੂੰ ਪਤਾ ਹੈ ਸਮੇਂ-ਸਮੇਂ ਤੇ ਕੁਝ ਐਸੀਆਂ ਸੰਸਥਾਵਾਂ ਨੇ ਜਿਵੇਂ ਸ਼ਿਵ ਸੈਨਾ ਹੈ ਜਾਂ ਕੋਈ ਵੀ ਐਸੀ ਸੰਸਥਾ ਹੈ ਜਿਹੜਾ ਸਿੱਖਾਂ ਦੇ ਖਿਲਾਫ ਅਤੇ ਹੋਰ ਵਰਗਾਂ ਦੇ ਖਿਲਾਫ ਵੀ ਕੂੜ ਪ੍ਰਚਾਰ ਕਰਕੇ ਸਪੈਸ਼ਲੀ ਸਿੱਖਾਂ ਦੇ ਖਿਲਾਫ ਤੇ ਸਾਡੇ ਸੰਤਾਂ ਦੇ ਖਿਲਾਫ ਬੋਲ ਕੇ ਸਾਡੇ ਤੀਰਥ ਸਥਾਨਾਂ ਦੇ ਖਿਲਾਫ ਬੋਲ ਕੇ ਜੋ ਇੱਕ ਸ਼ਾਂਤਮਈ ਮਾਹੌਲ ਬਣਿਆ ਹੋਇਆ ਇਸ ਵੇਲੇ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਬਣੀ ਹੋਈ ਆ ਹਰ ਵਰਗ ਦੇ ਵਿੱਚ ਉਸ ਨੂੰ ਡਿਸਰਪਟ ਕਰਨ ਦੇ ਲਈ ਉਸ ਨੂੰ ਖਰਾਬ ਕਰਨ ਦੇ ਲਈ ਅਤੇ ਹਿੰਸਾ ਭੜਕਾਉਣ ਦੇ ਲਈ ਜਿਹੜੇ ਯਤਨ ਕੀਤੇ ਜਾਂਦੇ ਨੇ ਕਿ ਅਸੀਂ ਸੰਤਾਂ ਬਾਰੇ ਬੋਲਾਂਗੇ ਮੁੜ ਜਿਹੜੇ ਸਿੱਖ ਨੇ ਉਹ ਸਾਡੇ ਗੁਰੂਆਂ ਬਾਰੇ ਬੋਲਣਗੇ ਅਤੇ ਅਸੀਂ ਜਿਹੜੇ ਆ ਇੱਕ ਵਿਚਾਰਿਆਂ ਦੇ ਐਲੀਮੈਂਟ ਵਿੱਚ ਆ ਜਾਵਾਂਗੇ। ਕੁਛ ਹੋਇਆ ਜੀ, ਪਹਿਲੇ ਸੁਦੀਸ਼ ਸੂਰੀ ਬੋਲਦਾ, ਉਸ ਤੋਂ ਬਾਅਦ ਇੱਕ ਭੁਪਿੰਦਰ ਸਿੰਘ ਬੋਲਦਾ, ਉਹਨੇ ਹਿੰਦੂਆਂ ਦੇ ਖਿਲਾਫ ਬੋਲਿਆ, ਇਹੀ ਕੁਛ ਹੋਇਆ? ਮੈਂ ਕਹਿੰਦਾ ਕਿ ਜਿਹੜਾ ਇੱਕ ਲੀਡ ਐਲੀਮੈਂਟ ਹੁੰਦਾ ਹੈ ਨਾ ਕਿਸੇ ਵੀ ਕਨਫਲਿਕਟ ਦਾ, ਜਿੱਧਰੋਂ ਇੱਕ ਕੀ ਕਹਿੰਦੇ ਅੱਗ ਸ਼ੁਰੂ ਹੁੰਦੀ ਹੈ ਉਹਨੂੰ ਨੱਥ ਪਾਣੀ ਚਾਹੀਦੀ ਹੈ। ਬਾਕੀ ਮੈਂ ਸਾਰੇ ਵੀਰਾਂ ਨੂੰ ਵੀ ਇਹ ਬੇਨਤੀ ਕਰਨਾ ਚਾਹੂੰਗਾ, ਹਰ ਇੱਕ ਵਰਗ ਨੂੰ ਮੈਂ ਬੇਨਤੀ ਕਰਨੀ ਚਾਹੂੰਗਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪਲੇਟਫਾਰਮ ਤੋਂ ਕਿ ਕਿਸੇ ਦੇ ਵੀ ਗੁਰੂ ਮਾੜੇ ਨਹੀਂ ਹੋਏ, ਕਿਸੇ ਦੇ ਕਿਸੇ ਸਮਾਜ ਦੇ ਸੰਤ ਮਾੜੇ ਨਹੀਂ ਹੋਏ। ਸੋ ਇੱਕ ਦੂਸਰੇ ਦੇ ਸੰਤਾਂ ਦੇ ਵਿਰੁੱਧ ਨਹੀਂ, ਸਾਡੀ ਲੜਾਈ ਇੱਕ ਵਿਚਾਰਧਾਰਾ ਦੇ ਵਿਰੁੱਧ ਹੈ, ਸਾਡੀ ਲੜਾਈ ਹੈ ਉਹਨਾਂ ਕੁਝ ਅੰਸਰਾਂ ਦੇ ਖਿਲਾਫ। ਵੇਖੋ ਹਰ ਵਰਗ ਦੇ ਵਿੱਚ ਹਿੰਦੂ ਵੀ ਨੇ, ਚਲੋ ਸਿੱਖ ਵੀ ਨੇ, ਕ੍ਰਿਸ਼ਨ ਨੇ, ਮੁਸਲਮਾਨ ਨੇ, ਕੋਈ ਵੀ ਇਸ ਭਾਈਚਾਰਕ ਸਾਂਝ ਨੂੰ ਤੋੜਨਾ ਨਹੀਂ ਚਾਹੁੰਦਾ ਅਤੇ ਕਈ ਹਿੰਦੂ ਵੀਰ ਵੀ ਇਸ ਚੀਜ਼ ਦੇ ਖਿਲਾਫ਼ ਨੇ। ਮੈਂ ਸਮਝਦਾ ਮੈਜੋਰਿਟੀ ਹਿੰਦੂ ਵੀਰ ਇਸ ਚੀਜ਼ ਦੇ ਖਿਲਾਫ਼ ਨੇ ਕਿ ਸ਼ਿਵ ਸੈਨਾ ਜਿਹੜੀ ਹੈ ਉਹ ਸਿੱਖਾਂ ਦੇ ਗੁਰੂਆਂ ਦੇ ਖਿਲਾਫ਼ ਅਤੇ ਸਿੱਖਾਂ ਦੇ ਧਾਰਮਿਕ ਸਥਾਨਾਂ ਦੇ ਖਿਲਾਫ਼, ਸਿੱਖਾਂ ਦੇ ਸੰਤਾਂ ਦੇ ਖਿਲਾਫ਼ ਗਲਤ ਸ਼ਬਦਾਵਲੀ ਵਰਤ ਕੇ ਅਤੇ ਉਹਨਾਂ ਦੇ ਜਿਹੜੇ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰਦੀ ਹੈ। ਬਟ ਇਹ ਨਹੀਂ ਹੋਣਾ ਚਾਹੀਦਾ ਕਿ ਇੱਕ ਪਾਸੋਂ ਇੱਕ ਵਰਗ ਪਹਿਲਾਂ ਗਲਤ ਬੋਲੇ ਫਿਰ ਅਗਲਾ ਬੋਲੇ ਅਤੇ ਹਿੰਸਾ ਭੜਕੇ। ਸੋ ਉਸ ਦੇ ਖਿਲਾਫ਼ ਅਸੀਂ ਇੱਕ ਜਿਹੜਾ ਹੈ ਡੀਸੀ ਸਾਹਿਬ ਨੂੰ ਬੇਨਤੀ ਕਰਨ ਦੇ ਲਈ ਇੱਕ ਮੈਮੋਰੈਂਡਮ ਲੈ ਕੇ ਆਏ ਹਾਂ, ਬਾਅਦ ਚੋਂ ਪੁਲਿਸ ਕਮਿਸ਼ਨਰ ਸਾਹਿਬ ਕੋਲ ਵੀ ਜਾਣਾ ਹੈ ਤਾਂ ਜੋ ਐਵੇਂ ਦੇ ਜਿਹੜੇ ਐਲੀਮੈਂਟ ਨੇ, ਸੁਧੀਰ ਕੁਮਾਰ ਸੂਰੀ ਦਾ ਅਰੈਸਟ ਹੋ ਚੁੱਕਿਆ, ਬਹੁਤ ਸ਼ਲਾਘਾਯੋਗ ਕੰਮ ਹੈ, ਮੈਂ ਧੰਨਵਾਦ ਵੀ ਕਰਨਾ ਚਾਹਾਂਗਾ ਪੁਲਿਸ ਪ੍ਰਸ਼ਾਸਨ ਦਾ ਵੀ ਅਤੇ ਡੀਸੀ ਸਾਹਿਬ ਦਾ ਵੀ। ਬਟ ਜਿਹੜੇ ਹੋਰ ਵੀ ਇਹਨਾਂ ਦੇ ਸਾਥੀ ਨੇ ਜਿਹੜੇ ਗਲਤ ਪ੍ਰਚਾਰ ਕਰਦੇ ਨੇ, ਜਿਹੜਾ ਸਮੇਂ-ਸਮੇਂ 'ਤੇ ਆਪਾਂ ਵੇਖਦੇ ਹਾਂ ਕਿ ਇਹਨਾਂ ਦੇ ਵੀਡੀਓਜ਼ ਵਾਇਰਲ ਹੁੰਦੀਆਂ ਨੇ, ਬਹੁਤ ਭੱਦੀ ਸ਼ਬਦਾਵਲੀ, ਇੱਕ ਤਾਂ ਪੰਜਾਬੀ ਦਾ ਵੀ ਇੱਕ ਜਿਹੜੀ ਭਾਸ਼ਾ ਹੈ ਉਹਦਾ ਵੀ ਅਪਮਾਨ ਹੁੰਦਾ ਇੰਨੀ ਜਿਹੜੀ ਗਲਤ ਸ਼ਬਦਾਵਲੀ ਵਰਤਦੇ ਨੇ। ਸੋ ਸਾਰਿਆਂ ਨੂੰ ਨੱਥ ਪਾਈ ਜਾ ਸਕੇ ਤਾਂ ਕਿ ਜੋ ਸ਼ਾਂਤਮਈ ਮਾਹੌਲ ਜਿਹੜਾ ਹੈ ਬਹੁਤ ਦੇਰ ਬਾਅਦ ਅਚੀਵ ਕੀਤਾ ਗਿਆ ਹੈ, 84 ਵੀ ਹੋਇਆ, ਸਾਰੇ ਦੰਗੇ ਹੋਏ ਨੇ, ਕੋਈ ਉਹ ਫੇਜ਼ ਨੂੰ ਵਾਪਸ ਨਹੀਂ ਆਉਣ ਦੇਣਾ ਚਾਹੁੰਦਾ ਅਤੇ ਨਾ ਹੀ ਕੋਈ ਭੁੱਲ ਸਕਦਾ। ਸਿੱਖ ਕਦੇ ਵੀ 1984 ਨੂੰ ਨਾ ਹੀ ਭੁੱਲ ਸਕਦੇ, ਨਾ ਸੰਤ ਜਰਨੈਲ ਸਿੰਘ ਨੂੰ, ਭਾਈ ਅਮਰੀਕ ਸਿੰਘ ਨੂੰ, ਬਾਬਾ ਠਾਰਾ ਸਿੰਘ ਅਤੇ ਜਨਰਲ ਸ਼ਬੇਕ ਸਿੰਘ ਅਤੇ ਸਮੂਹ ਜਿਹੜੇ ਸ਼ਹੀਦ ਸਿੰਘ ਸੀਗੇ ਉਹਨਾਂ ਦੀ ਕੁਰਬਾਨੀ ਨੂੰ ਨਹੀਂ ਭੁੱਲ ਸਕਦੇ। ਸੋ ਇਸ ਕਰਕੇ ਹਿੰਦੂ ਵਰਗ ਵੀ, ਹਰ ਇੱਕ ਜਿਹੜੀ ਕਮਿਊਨਿਟੀ ਹੈ ਸਿੱਖਾਂ ਦੀ ਭਾਵਨਾਵਾਂ ਨੂੰ ਸਮਝੇ, ਜੇ ਸਿੱਖ ਹੋਰ ਕਮਿਊਨਿਟੀ ਦੀ ਭਾਵਨਾਵਾਂ ਨੂੰ ਸਮਝਦੇ ਨੇ ਅਤੇ ਸਿੱਖਾਂ ਦੀ ਭਾਵਨਾਵਾਂ ਨੂੰ ਸਮਝਿਆ ਜਾਵੇ, ਉਹਨਾਂ ਦੇ ਸੰਤ ਸਮਾਜ ਦੀ ਇੱਜ਼ਤ ਕੀਤੀ ਜਾਵੇ ਅਤੇ ਇੰਝ ਕੂੜ ਪ੍ਰਚਾਰ ਨਾ ਹੋ। ਕਮਲ ਜੀ, ਜੋ ਤੁਸੀਂ ਕਹਿੰਦੇ ਸੁਦੀਪ ਕੁਮਾਰ ਸੂਰੀ ਦੀ ਗ੍ਰਿਫਤਾਰੀ ਹੋ ਚੁੱਕੀ ਹੈ, ਪਰਚਾ ਦਰਜ ਹੋ ਚੁੱਕਾ, ਹੁਣ ਅਗਲੀ ਡਿਮਾਂਡ ਕੀ ਲੈ ਕੇ ਆਏ? ਵੇਖੋ ਜੀ, ਇੱਕ ਨਹੀਂ ਹੈ, ਆਪਾਂ ਵੇਖਦੇ ਹਾਂ ਕੋਈ ਇੱਕ ਨਿਸ਼ਾਂਤ ਕੁਮਾਰ ਵੀ ਹੈ ਮੇਰੇ ਖਿਆਲ ਦੇ ਨਾਲ, ਉਹ ਵੀ ਕੂੜ ਪ੍ਰਚਾਰ ਕਰਦੇ ਆ, ਕਦੀ ਕੋਈ ਉੱਠ ਕੇ ਕੂੜ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦਾ। ਸੋ ਇਸ ਐਲੀਮੈਂਟ ਦੇ ਖਿਲਾਫ ਸਾਡੀ ਲੜਾਈ ਹੈ। ਇੱਕ ਆਦਮੀ ਗ੍ਰਿਫਤਾਰ ਹੋ ਗਿਆ, ਮੈਨੂੰ ਨਹੀਂ ਪਤਾ ਉਹਨਾਂ ਦੀ ਰਿਹਾਈ ਕੀ ਆ, ਬੇਲ ਕੀ ਆ, ਉਹਨਾਂ ਦਾ ਕੀ ਹੈ ਨਾ, ਬਟ ਜਿਹੜੇ ਹੋਰ ਵੀ ਇਹਨਾਂ ਦੇ ਸਾਥੀ ਨੇ, ਐਲੀਮੈਂਟ ਨੇ, ਇਹਨਾਂ ਨੇ ਜਦ ਤੱਕ ਇਹਨਾਂ ਨੂੰ ਨੱਥ ਨਹੀਂ ਪਾਈ ਜਾਂਦੀ, ਉਹ ਸੋਚ ਵਿਚਾਰਧਾਰਾ ਜਿਹੜੀ ਹੈ, ਇੱਕ ਸੋਚਣ ਦਾ ਢੰਗ ਹੈ ਜਿਹੜਾ, ਇੱਕ ਬਰਦਾਸ਼ਤ ਕਰਨ ਦੀ ਇੱਕ ਸੀਮਾ ਹੁੰਦੀ ਹੈ। ਸੋ ਉਸੇ ਕਾਰਨ ਅਸੀਂ ਇੱਧਰ ਆਏ ਹਾਂ ਅਤੇ ਡੀ ਸੀ ਸਾਹਿਬ ਨੂੰ ਅਸੀਂ ਕਹਿਣ ਆਏ ਹਾਂ ਕਿ ਜਿਹੜੇ ਵੀ ਕੂੜ ਪ੍ਰਚਾਰ ਕਰਦੇ ਨੇ, ਗਲਤ ਸ਼ਬਦਾਵਲੀ ਵਰਤਦੇ ਨੇ ਅਤੇ ਸਿੱਖਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਨੇ, ਅਮਨ ਸ਼ਾਂਤੀ ਨੂੰ ਭੰਗ ਕਰਦੇ ਨੇ ਪੰਜਾਬ ਦੀ ਨੂੰ, ਅਤੇ ਉਹਨਾਂ 'ਤੇ ਨੱਥ ਪਾਈ ਜਾਵੇ। ਐਜੀ ਪਿੱਛੇ ਮੈਂਬਰ ਭਾਈ ਮਨਜੀਤ ਸਿੰਘ ਵੀ ਇੱਥੇ ਪਹੁੰਚੇ ਹੋਏ ਨੇ, ਭਾਈ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਅੱਜ ਤੁਸੀਂ ਵਫਦ ਨਾਲ ਪਹੁੰਚੇ ਹੋਏ ਹੋ? ਵੇਖੋ, ਮੈਂ ਸਾਰਾ ਸੰਤਾਪ ਜਿਹੜਾ 84 ਵਾਲਾ ਆਪਦੇ ਪਿੰਡੇ 'ਤੇ ਹੰਢਾਇਆ, ਸਾਡੇ ਜੀਆਂ ਦਾ ਵੀ ਬੜਾ ਨੁਕਸਾਨ ਹੋਇਆ, ਪੰਜਾਬ ਦਾ ਬੜਾ ਨੁਕਸਾਨ ਹੋਇਆ। ਮੈਂ ਇਹੋ ਹੀ ਗੱਲ ਕਹਿਣੀ ਚਾਹੁੰਦਾ ਹਾਂ ਕਿ ਪੰਜਾਬ ਸ਼ਾਂਤੀ ਬਣੀ ਆ, ਉਹਨੂੰ ਸ਼ਾਂਤੀ ਨੂੰ ਬਣੇ ਰਹਿਣ ਦੇਈਏ, ਇਹਨੂੰ ਬਲਦੀ ਦੇ ਬੁੱਥੇ ਨਾ ਦੇਈਏ। ਸੁਧੀਰ ਕੁਮਾਰ ਜਿਹੜਾ ਸੂਰੀ ਆ, ਔਰ ਉਹ ਰੋਜ਼ ਆਏ ਦਿਨ ਹੀ ਨਾ ਕੋਈ ਮਾੜੀ ਭੱਦੀ ਸ਼ਬਦਾਵਲੀ ਜਿਹੜੀ ਹੈ ਉਹ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਔਰ ਸੰਤ ਜਰਨੈਲ ਸਿੰਘ, ਭਾਈ ਅਮਰੀਕ ਸਿੰਘ ਜੀ ਅਤੇ ਹੋਰ ਜਿਹੜੇ ਸਿੱਖ ਸਮਾਜ ਬਾਰੇ ਸੰਤਾਂ ਬਾਰੇ ਬੋਲਦਾ ਰਹਿੰਦਾ, ਉਹਦੀ ਜ਼ਬਾਨ ਨੂੰ ਕੰਟਰੋਲ ਕਰਨਾ ਚਾਹੀਦਾ ਔਰ ਉਹਦੇ ਉੱਤੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ। ਪੰਜਾਬ ਦੇ ਲੋਕ ਨਹੀਂ ਚਾਹੁੰਦੇ, ਨਾ ਹਿੰਦੂ ਚਾਹੁੰਦੇ ਆ, ਨਾ ਮੁਸਲਮਾਨ ਚਾਹੁੰਦੇ, ਨਾ ਇਸਾਈ ਚਾਹੁੰਦੇ, ਕੋਈ ਨਹੀਂ ਚਾਹੁੰਦਾ ਪੰਜਾਬ 'ਚ ਗੜਬੜ ਹੋਵੇ, ਔਰ ਅਸੀਂ ਵੀ ਨਹੀਂ ਚਾਹੁੰਦੇ ਕਿਉਂਕਿ ਅਸੀਂ ਬੜਾ ਕੁਛ ਹੰਢਾ ਚੁੱਕੇ ਹਾਂ। 84 ਤੋਂ ਪਹਿਲਾਂ ਵੀ ਇਹੋ ਜਿਹੇ ਲੋਕਾਂ ਨੇ, ਪਵਨ ਕੁਮਾਰ ਵਰਗੇ ਜਿਹੜੇ ਸੀ ਨਾ, ਉਹਨਾਂ ਨੇ ਹਾਲਾਤ ਮਾੜੇ ਕੀਤੇ ਸੀ,
ਤੇ ਉਹਦੇ ਕਰਕੇ ਸਾਡੇ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਹੋਇਆ। ਸਰ ਨੇ ਕੀ ਸ਼ਵਾਸਨ ਦਿੱਤਾ? ਹੁਣ ਤੁਸੀਂ ਸੀਪੀ ਸਾਹਿਬ ਕੋਈ ਵੀ ਜਾਣਾ ਹੈ ਤੁਸੀਂ ਆਪਣੀ ਡਿਮਾਂਡ ਲੈ ਕੇ, ਕੀ ਸ਼ਵਾਸਨ ਮਿਲਿਆ? ਇਹਨਾਂ ਨੇ ਕਿਹਾ ਵੀ ਅਸੀਂ ਉਹਦੇ 'ਤੇ ਕਾਰਵਾਈ ਕਰਨੀ ਆ। ਰਾਤੀ ਮੈਂ ਸੀਪੀ ਸਾਹਿਬ ਨਾਲ ਗੱਲ ਕੀਤੀ ਸੀ, ਉਹ ਕਹਿੰਦੇ ਅਸੀਂ ਗ੍ਰਿਫਤਾਰ ਕਰ ਲਿਆ ਉਹਨੂੰ, ਉਹਨਾਂ ਨੇ ਦੱਸਿਆ ਮੈਨੂੰ। ਸੋ ਚੰਗੀ ਗੱਲ ਆ ਜੇ ਉਹ ਇਹੋ ਜਿਹੇ ਬੰਦਿਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ 'ਚ ਸੁੱਟਣ ਔਰ ਉਹਨਾਂ ਲੋਕਾਂ ਦੇ ਨੂੰ ਨੱਥ ਪਾਉਣ ਜਿਹੜਾ ਬੈਡ ਅਨਸਰ ਆ, ਇਹ ਬੈਡ ਅਨਸਰ ਆ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਕਰਨਾ ਚਾਹੁੰਦਾ। ਸੋ ਉਹ ਜਿਹੜਾ ਉਹਨਾਂ ਗ੍ਰਿਫਤਾਰ ਕੀਤਾ, ਚੰਗਾ ਕੀਤਾ। ਜਦੋਂ ਹੋਰ ਵੀ ਇਹੋ ਜਿਹੇ ਲੋਕ ਨੇ, ਕਈ RSS ਵਾਲੇ ਵੀ ਹੈਗੇ ਆ ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਆ, ਇਹ ਨਹੀਂ ਕਰਨੀ ਚਾਹੀਦੀ ਸਾਨੂੰ। ਸਾਡੇ ਪੰਜਾਬ ਦਾ, ਸਾਡੇ ਇਸ ਆਪਣੇ ਪੰਜਾਬੀ ਸੂਬਾ, ਇਹਦਾ ਹਾਲਾਤ ਜਿਹੜੇ ਆ ਖਰਾਬ ਹੁੰਦੇ। ਅਤੇ ਇਹ ਸਨ SGPC ਮੈਂਬਰ ਭਾਈ ਮਨਜੀਤ ਸਿੰਘ ਔਰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕੰਵਰ ਚੜਤ ਸਿੰਘ, ਜਿਹੜੇ ਕਿ ਅੱਜ ਡਿਪਟੀ ਕਮਿਸ਼ਨਰ ਪਾਸ ਪਹੁੰਚੇ ਨੇ ਮੰਗ ਪੱਤਰ ਲੈ ਕੇ ਸੁਧੀਰ ਕੁਮਾਰ ਸੂਰੀ ਦੇ ਖਿਲਾਫ਼। ਕਿਉਂਕਿ ਬੀਤੇ ਦਿਨਾਂ ਦੀ ਗੱਲ ਕੀਤੀ ਹੋਵੇ ਤਾਂ ਸੁਧੀਰ ਕੁਮਾਰ ਸੂਰੀ ਵੱਲੋਂ ਇੱਕ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਕੀਤੀ ਗਈ ਸੀ, ਜਿਸ 'ਤੇ ਸਿੱਖ ਜਥੇਬੰਦੀਆਂ ਨੂੰ ਵੱਡਾ ਇਤਰਾਜ਼ ਹੈ। ਔਰ ਬੀਤੇ ਦਿਨ ਦੀ ਗੱਲ ਕੀਤੀ ਹੋਵੇ ਤਾਂ ਪੁਲਿਸ ਵੱਲੋਂ ਮਾਮਲਾ ਵੀ ਦਰਜ ਕੀਤਾ ਗਿਆ ਸੀਗਾ ਔਰ ਸੁਧੀਰ ਸੂਰੀ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ। ਔਰ ਇਹਨਾਂ ਵੱਲੋਂ ਇਹ ਆਖਿਆ ਜਾ ਰਿਹਾ ਵੀ ਕੁਝ ਸਮਾਜਿਕ ਅਨਸਰ ਨੇ ਜਿਹੜੇ ਕਿ ਪੰਜਾਬ ਦੀ ਸ਼ਾਂਤੀ ਨੂੰ ਮੁੜ ਤੋਂ ਭੰਗ ਕਰਨਾ ਚਾਹੁੰਦੇ ਨੇ, ਪਰ ਅਜਿਹਾ ਜਿਹੜਾ ਉਹ ਕਦੇ ਵੀ ਨਹੀਂ ਹੋਣ ਦਿੱਤਾ ਜਾਵੇਗਾ। ਕੈਮਰਾ ਪਰਸਨ ਮੁਕੇਸ਼ ਬਾਵਾਨਾ, ਸਿਕੰਦਰ ਪਸਰੀਚਾ, ਦੈਨਿਕ ਸਵੇਰਾ TV, ਅੰਮ੍ਰਿਤਸਰ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਇੱਕ ਸੱਚਾਈ ਹੈ, ਵਸ਼ੀਕਰਨ ਕਰਵਾਓ, ਮਨ ਚਾਹ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ, ਸੱਚਾਈ ਜਾਣੋ। ਲੋਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋਮੈਕਸ, 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ 'ਤੇ ਲਿਖ ਕੇ ਲਵੋ ਕੰਮ ਦੀ ਗਰੰਟੀ, ਜਾਂ ਕਹਿਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ। ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ।